ਬੀਤੇ ਦਿਨੀ ਹਰ ਸਾਲ ਦੀ ਤਰ੍ਹਾਂ ਮਾਘੀ ਦਾ ਮੇਲਾ ਗੁਰਦੁਆਰਾ ਤਖਤਪੁਰਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਜੁੜੀਆਂ ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸਦਾ ਮਰੀਜ਼ਾਂ ਨੇ ਵੱਧ ਚੜ੍ਹ ਕੇ ਲਾਹਾ ਲਿਆ। ਇਸ ਮੌਕੇ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕਿਆ। ਸਾਡੀ ਪੰਜਾਬ ਪਲੱਸ ਟੀਮ ਨੇ ਇਸਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ ਤੇ। ਇਤਿਹਾਸਕ ਸਥਾਨ ਜਿਹਦੇ ਵਿੱਚ ਕੇਵਲ ਧਾਰਮਿਕ ਵਾਈਬ੍ਰੇਸ਼ਨਾਂ ਦੇ ਨਾਲ ਹੀ ਨਹੀਂ ਲੋਕਾਂ ਨੂੰ ਕੀਤਾ ਜਾਂਦਾ, ਉਹਦੇ ਨਾਲ ਨਾਲ ਜਿੱਦਾਂ ਲੰਗਰਾਂ ਦੀ ਸੇਵਾ, ਔਰ ਹੁਣ ਜਿਹੜਾ ਵੀਡੀ ਕਲਾਸ ਦਾ ਲੰਗਰ ਜਿਹੜਾ ਰਾਤ ਦਾ ਚੱਲਿਆ ਔਰ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਸ਼ਰਧਾਲੂਆਂ ਨੇ ਛਕਿਆ ਜਿਹਨਾਂ ਨੂੰ, ਕਿਉਂਕਿ ਹਰ ਇੱਕ ਬੰਦਾ ਜਿਹੜਾ ਅੱਜ ਬਿਮਾਰੀ ਦਾ ਗ੍ਰਸਤ ਹੈਗਾ ਉਹਨਾਂ ਨੇ ਛੱਕ ਕੇ ਜਿਹੜਾ ਹੈਗਾ ਇਸ ਅੰਮ੍ਰਿਤ ਪਹਿਲਾਂ ਜਿਹੜਾ ਹੈਗਾ ਨਵੇਂ ਸਾਲ ਦੇ ਵਿੱਚ ਅੰਮ੍ਰਿਤ ਦੇ ਜਿਹੜੇ ਹੈਗੇ ਆ ਉਹਨਾਂ ਨੇ ਪਹਿਲਾਂ ਛੱਕ ਕੇ ਅਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਗੁਰਮਤ ਦੇ ਨਾਲ ਜੋੜਨ ਦਾ ਜਿਹੜਾ ਹੈਗਾ ਸਿਸਟਮ ਇੱਥੇ ਸ਼ੁਰੂ ਹੋਇਆ ਮਿਲਿਆ ਕਿ ਅਨੂਠੇ ਟਾਈਪ ਨਾਲ ਜਿਹੜਾ ਸ਼ੁਰੂ ਹੋਇਆ, ਕੀ ਕਹਿਣਾ ਚਾਹੋ? ਤੁਸੀਂ ਇੱਥੇ ਆਏ, ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਡੇ ਮਾਧਿਅਮ ਰਾਹੀਂ ਜਿੰਨੇ ਸਾਨੂੰ ਦੇਖ ਰਹੇ ਆ, ਇਹ ਤੁਹਾਡੇ ਸੰਗਤਾਂ ਦੇ ਇਦਾਰੇ ਆ, ਮੈਂ ਹਰ ਵਾਰੀ ਕਹਿੰਦਾ ਸੰਗਤਾਂ ਇਹਨਾਂ ਨੂੰ ਚਲਾਉਂਦੀਆਂ। ਜਿਹੜੀ ਵੀਟ ਗ੍ਰਾਸ ਦੀ ਤੁਸੀਂ ਗੱਲ ਕੀਤੀ ਆ, ਇਹ ਪਿੰਡ ਕੀਤੀ ਆ ਘੋੜੀਏ ਨੇ, ਪਹਿਲਾਂ ਘੋੜੀਆ ਖੁਰਦ ਨੇ, ਨਾਲ ਮਾਣੂ ਕੇ ਗਿੱਲ ਪਿੰਡ ਲੱਗਿਆ ਇਹਨਾਂ ਦਾ। ਬਹੁਤ ਚੜ੍ਹਦੀ ਕਲਾ 'ਚ ਭੁਗਤਾ ਕੇ ਗਿਆ, 2 ਵਜੇ ਆਰੰਭ ਹੋਇਆ, 6 ਵਜੇ ਤੱਕ ਚੱਲਿਆ 4 ਘੰਟੇ। ਉਸ ਚੁਕਾਉਣਾ ਹੁੰਦਾ ਨਿਰਣੇ ਕਾਲ ਦਾ, ਉਦੋਂ ਬਾਅਦ ਟੌਣਕ ਨਹੀਂ ਰਹਿੰਦਾ, ਢਿੱਡ ਭਰਨ ਹੋ ਜਾਂਦਾ। ਪਰ ਬਹੁਤ ਚੜ੍ਹਦੀ ਕਲਾ 'ਚ ਜਿਹੜੀਆਂ ਹੋਰ ਤਿਆਰੀਆਂ ਤੁਸੀਂ ਦੇਖਣਾ ਨੰਗੀ ਰੱਖਣਾ, ਬੜੀ ਚੜ੍ਹਦੀ ਆ ਮਾਲੀ ਕਰਦਾ। ਔਰ ਜਿੱਦਾਂ ਲੰਗਰ ਜਿਹੜਾ ਹੈਗਾ ਇੱਕ ਹੋਸਪਿਟਲ ਤੋਂ ਸ਼ੁਰੂ ਹੋ ਕੇ ਅੱਜ 25 ਹੋਸਪਿਟਲਾਂ ਤੱਕ ਜਾ ਰਿਹਾ, ਆਉਣ ਵਾਲੇ ਸਮੇਂ 'ਚ ਅਸੀਂ ਸੋਚੀਏ ਵੀ ਪੰਜਾਬ ਦਾ ਕੋਈ ਕੋਨ ਇਹੋ ਜਿਹਾ ਨਹੀਂ ਰਹੂਗਾ। ਔਰ ਤੁਹਾਨੂੰ ਦੇਖ ਕੇ ਜਿੰਨੇ ਵੀ SGPC ਦੇ ਹੋਰ ਜਿਹੜੇ ਹੈਗੇ ਆ ਸਥਾਨ ਜਿਹੜੇ SGPC ਦੇ ਚੱਲ ਰਹੇ ਨੇ, ਔਰ ਜਿੰਨੇ ਵੀ ਮਿਨਿਸਟਰ ਨੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਮਤਲਬ ਹਿੱਲਣ ਜੁਲਣ ਗਏ ਇਸ ਗੱਲ ਦੇ ਵਿੱਚ ਵੀ ਅਸੀਂ ਵੀ ਕੋਈ ਨਾ ਕੋਈ ਇਹੋ ਜਿਹੀ ਸੇਵਾ ਸ਼ੁਰੂ ਕਰੀਏ। ਮੈਂ ਕਿਸੇ ਬਾਰੇ ਕੁਛ ਕਹਿ ਨਹੀਂ ਸਕਦਾ, ਪਰ ਮੈਂ ਤਾਂ ਕੀ ਕਹਿ ਸਕਦਾ ਵੀ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ, ਲੋੜਵੰਦਾਂ ਤੱਕ ਪਹੁੰਚਦਾ ਕਰੋ ਤਾਂ ਸਾਰੇ ਕਰੋ। ਕਿਸੇ ਮੈਨੇਜਰਾਂ ਨੂੰ ਮੈਨੂੰ ਦੇਖ ਕੇ ਬਦਲਣ ਦੀ ਲੋੜ ਨਹੀਂ, ਮੈਂ ਤਾਂ ਆਪ ਹੀ ਬਹੁਤ ਗੰਦਾ। ਮੈਂ ਨਹੀਂ ਕਹਿੰਦਾ ਮੈਨੂੰ ਦੇਖ ਕੇ ਬਦਲੋ, ਜੇ ਤੁਹਾਡੀ ਜ਼ਮੀਰ ਦੀ ਆਵਾਜ਼ ਆ ਰਹੀ ਹੈ ਵੀ ਕਰਨਾ ਚਾਹੀਦਾ ਤਾਂ ਕਰੋ, ਜੇ ਜ਼ਮੀਰ ਹੀ ਗਿਆ ਖੜਾ। ਵਾਹਿਗੁਰੂ ਜੀ, ਜਿੱਥੇ ਅਸੀਂ ਲਾ ਰਹੇ ਹਾਂ ਇਹ ਬਲੱਡ ਕੈਂਪ, ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਕਰੋ, ਫਿਰ ਹੀ ਉਹਨਾਂ ਦੇ ਨਾਂ 'ਤੇ ਸਲਾਨਾ ਜੋੜ ਮੇਲੇ ਮਾਘੀ ਲੱਗਦੇ। ਜੇ 40 ਮੌਕੇ ਸਾਡੀ ਖਾਤਰ ਸ਼ਹੀਦੀਆਂ ਦੇ ਕੇ ਗਏ, ਸਾਡੇ ਆਉਣ ਵਾਲੀਆਂ ਨਸਲਾਂ ਉਹਨਾਂ ਦੀ ਨਕਲੀ ਕਰ ਲੈਣ, ਸਾਡੀ ਜਿੱਤ ਹੈ। ਔਰ ਜਿਸ ਦਿਨ ਨਾਲ ਪਵਿੱਤਰ ਸਰੋਵਰ 'ਚ ਲੋਕ ਇਸ਼ਨਾਨ ਕਰ ਰਹੇ ਆ, ਕਿੰਨੇ ਦਿਨ ਜਿਹੜਾ ਹੈਗਾ ਮੇਲਾ ਚੱਲਦਾ ਰਹੂਗਾ? ਇਹ 13 ਦੀ ਰਾਤ ਤੋਂ ਚੱਲ ਪੈਂਦਾ, 13, 14, 15, 16 ਅਤੇ 17 ਤੱਕ ਲਾਸਟ ਜਾਂਦਾ। 17 ਨੂੰ ਪਰਿਵਾਰਕ ਮੇਲਾ ਹੁੰਦਾ, ਬਾਕੀ ਸਾਰਾ ਜਿਵੇਂ ਸਲਾਨਾ ਜੋੜ ਮੇਲਾ ਮਾਘੀ ਹੁੰਦਾ, ਉਹ 'ਚ ਸਾਰੀ ਫੈਮਿਲੀਆਂ ਆਉਂਦੀਆਂ। ਫੁੱਲੜਵਾਜੇ ਨੂੰ ਤੁਹਾਡੇ ਜਰੀਏ ਬੇਨਤੀ ਕਰਦਾ, ਨਾ ਆਇਓ ਜੇ ਗਾਂਹ ਵਾਲਾ ਮੇਲਾ ਨਹੀਂ ਦੇਖਣਾ ਅੱਜ। ਔਰ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਐਤਕੀ ਬਹੁਤ ਪੁਖਤਾ ਇੰਤਜ਼ਾਮ ਕੀਤੇ ਆ, DC ਸਾਹਿਬ ਨੇ ਮਤਲਬ ਸਪੈਸ਼ਲ ਰੂਪ ਦੇ ਵਿੱਚ ਐਤਕੀ ਆਪਣਾ ਪੇਨ ਲੈ ਕੇ, ਜਿੱਦਾਂ ਆਪਾਂ ਪਹਿਲਾਂ ਨਾਲੋਂ ਬਹੁਤ ਆਪਾਂ ਨੂੰ ਮਤਲਬ ਸੰਬੰਧਾਂ ਦੇ ਇਹਦੇ 'ਚ ਵਿਵਸਥਾ ਦੇ ਵਿੱਚ ਬੜੀ ਵਧੀਆ ਲੱਗ ਰਹੀ ਹੈ, ਉਹਦੇ ਬਾਰੇ ਕੀ ਚਾਹੋ? ਪ੍ਰਸ਼ਾਸਨ ਮੇਰੇ ਆਪਦੇ ਸਾਰੇ ਵੀਰ ਆ, ਜਿੰਨੀ ਪੁਲਿਸ ਫੋਰਸ ਆ ਮੇਰੀ ਸਾਰੀ ਪਿਆਰੀ ਹੈ, ਜਿੰਨੇ DC ਸਾਹਿਬ ਆ, ਜਿੰਨੇ SDM ਸਾਹਿਬ ਆ, ਸਾਰੀਆਂ ਦੀ ਕਿਹਾ ਕਿਹਾ ਇੱਥੇ ਡਿਊਟੀ ਲੱਗਦੀ ਹੈ, ਸਾਰੇ ਮੇਰੇ ਆਪਦੇ ਵੀਰ ਆ, ਮੈਂ ਇੱਥੋਂ ਵੱਧ ਕੇ ਕੰਮ ਕਰਦੇ ਹਾਂ, ਮੈਂ ਤਾਂ ਇੰਨਾ ਹੀ ਖੁਸ਼। ਔਰ ਜਿਸ ਤਰੀਕੇ ਨਾਲ ਐਤਕੀ ਮੱਖਣਾ ਦੀ ਜਿਹੜੀ ਹੈਗੀ ਖੁਸ਼ਬੂ ਔਰ ਸਰ੍ਹੋਂ ਦੇ ਸਾਗ ਦੀ ਜਿਹੜੀ ਨਾਲ ਔਰ ਮੱਕੀ ਦੀਆਂ ਰੋਟੀਆਂ ਬੜੀਆਂ ਪੋਲੀਆਂ ਜਿਹੜੀਆਂ ਹਰੇਕ ਮਤਲਬ ਜਿੰਨਾ ਵੀ ਸੰਗਤ ਆ ਰਹੀ ਹੈਗੀ ਆ ਹੋਰ ਵਰਤਾਈਆਂ ਜਾ ਰਹੀਆਂ। ਹਾਂ ਬਿਲਕੁਲ, ਤੁਹਾਡੀਆਂ ਹੀ ਆ, ਤੁਹਾਡੇ ਘਰਾਂ 'ਚ ਹੀ ਆਉਣੀਆਂ, ਤੁਸੀਂ ਛੱਕ ਲੈਂਦੇ ਹੋ, ਆਪਦੀ ਪਕਾਈ ਆਪਦੇ ਆਪ ਨੂੰ ਚੰਗੀ ਵੀ ਲੱਗਦੀ। ਔਰ ਇਹ 4 ਦਿਨ ਮਤਲਬ ਬਿਲਕੁਲ ਚੱਲੂਗਾ ਜੀ, ਬਿਲਕੁਲ ਚੱਲੂਗਾ, 4 ਦਿਨ ਸੰਗਤਾਂ ਚਲਾਉਣਗੇ। ਔਰ ਕੀ ਤੁਹਾਡੇ ਮਾਈਂਡ ਦੇ ਵਿੱਚ, ਕਿਉਂਕਿ ਤੁਸੀਂ ਕ੍ਰੀਏਟਿਵ ਆਈਡੀਆ ਨਾਲ ਚੱਲਦੇ ਹੋ, ਕੋਈ ਨਾ ਕੋਈ ਨਵੀਂ ਚੀਜ਼ ਤੁਹਾਡੇ ਮਨ ਦੇ ਵਿੱਚ ਹੁੰਦੀ ਆ, ਜਹਿਨ 'ਚ ਹੁੰਦੀ ਆ, ਕੀ ਹੁਣ ਕ੍ਰੀਏਟਿਵ ਆਈਡੀਆ ਹੋਰ ਕੀ ਅੱਜ ਦੇ, ਕਿਉਂਕਿ ਜਦੋਂ ਕੋਈ ਮੇਲਾ ਆਉਂਦਾ ਹੋਰ ਤੁਹਾਡੇ ਐਨਰਜੀ ਲੈਵਲ ਜਿਹੜੇ ਵੱਧ ਜਾਂਦੇ ਹੈਗੇ ਆ, ਕੀ ਹੁਣ ਵੱਧ ਕੇ ਅੱਗੇ ਜਿੱਦਾਂ ਵੀਟ ਗ੍ਰਾਸ ਦਾ ਹੋ ਗਿਆ ਨਾਲ ਦੂਸਰੇ ਲੰਗਰ ਹੋ ਗਏ, ਕੀ ਮਾਈਂਡ ਦੇ ਵਿੱਚ ਹੋ ਰਿਹਾ ਵੀ ਮੈਂ ਯੁਵਕਾਂ ਨੂੰ ਬਚਾਉਣ ਦੇ ਲਈ, ਕਿਉਂਕਿ ਨਸ਼ੇ ਦੇ ਵਿੱਚ ਪੰਜਾਬ ਜਿਹੜਾ ਗਲਤ ਹੋਇਆ ਪਿਆ? ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਣੀਆਂ ਟੀਮਾਂ ਬਣਾ ਕੇ ਵੀ ਨੌਜਵਾਨ ਨੂੰ ਬਾਣੀ ਵਾਲੇ ਤਰਫ ਲਾਈਏ, ਬਾਣੀ ਆਪ ਪੜ੍ਹਨ ਲੱਗਣ, ਗੱਤਕਾ ਦੀ ਸਿਖਲਾਈ ਦੇਣ ਲੱਗੇ ਹਾਂ, ਜਿਹੜਾ ਮਤਲਬ ਵੇਸਟ ਟਾਈਮ ਆ ਉਹ ਬਾਣੀ ਪੜ੍ਹਨ ਚੰਗਾਉਣੇ ਆ, ਬਾਕੀ ਗੱਤਕਾ ਚੰਗਾਉਣੇ ਆ, ਜੇ ਵਿਹਲੇ ਰਹਿਣਗੇ ਤਾਂ ਨਸ਼ੇ ਕਰਨੇ। ਕੀ ਤੁਹਾਡਾ ਸੰਦੇਸ਼ ਰਹੂਗਾ ਅੱਜ ਦੇਖਣ ਵਾਲੇ ਜਿਹੜੇ ਸਾਡੇ ਸਾਰੇ ਦਰਸ਼ਕ? ਸਭ ਨੂੰ ਇੱਕੋ ਹੀ ਸੰਦੇਸ਼, ਵਾਹਿਗੁਰੂ ਦੇ ਲੜ ਲੱਗੋ, ਬਾਣੀ ਬਣ ਕੇ ਧਾਰਨੀ ਹੋਵੋ, ਗੁਰਬਾਣੀ ਘਰਾਂ 'ਚ ਲਾਗੂ ਕਰੋ, ਘਰ ਉੱਠਣ ਸਾਰ ਇੱਕ ਦੂਜੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਸੰਬੋਧਨ ਕਰਨ ਲੱਗੋ, ਸਾਰੀ ਖਲਕਤ ਅਕਾਲ ਪੁਰਖ ਦੀ ਆ, ਉਹਦਾ ਨਾਂ ਜਪੋ। ਸਿੱਖ
ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਗਾਓ ਸੱਚੀ ਕਰਮ ਹੋ
ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਓਮਕਾਰ ਸਤਨਾਮ
हर हर नाम मन में सिंह चो हर हर नाम सदी सदा सदी सा सदी सा मनी पा मनी नि पा म पनी नि पा म पा रे रे म पनी नि पा म रे नि सा सा हर हर नाम मन में सिंह चो हर हर नाम हर हर नाम मन में सिंचो हर हर नाम अन दिन कीर्तन हर गुण गा अन दिन कीर्तन हर गुण गा ऐसी प्रीत करो मन मेरे ऐसी प्रीत करो ऐसी प्रीत करो मन मेरे ऐसी प्रीत करो आठ पहर प्रभ जानो मेरे आठ पहर प्रभ जानो मेरे ऐसी प्रीत करो मन मेरे ऐसी प्रीत करो ऐसी प्रीत करो मन मेरे ऐसी प्रीत करो कहो नानक जाके निर्मल पा कहो नानक जाके निर्मल पा जाके निर्मल पाग निजारे मा रेजा निजारे मा पा मा रेजा निजारे मा पा नी 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 पा Ma ba ni ni pa ma ba ni sa sa ni sa sa ni sa pa ni pa sa ni pa ma re ni pa ni sa Kahu Nanak jaake nirmal pa Kahu Nanak jaake nirmal pa जाके निर्मल पाग नवर नानी रे दादा नानी रे बानी बामावरे रे मावानी रे रे बामारे नानी दादा नानी रे बानी दारे मावारे नानी दा बाबा बाबा I
ਮਨ ਮੈਂ ਸਿੰਘ ਚੋ ਹਰ ਹਰ ਸਾਨੀ ਸਾ ਸਾਨੀ ਸਾ ਸਾਨੀ ਸਾ ਬਾਨੀ ਬਾਬਾ ਨੀ ਨੀ ਬਾਬਾ ਬਾਨੀ ਨੀ ਬਾਬਾ ਬਾਬਾ ਰੇ ਰੇ ਬਾਬਾ ਨੀ ਨੀ ਬਾਬਾ ਰੇ ਨੀ ਸਾ ਹਰ ਹਰ ਨਾਮ ਮਨ ਮੈਂ ਸਿਲ ਚੋ ਹਰ ਹਰ ਨਾਮ ਹਰ ਹਰ ਨਾਮ ਮਨ ਸਿਲ ਹਰ ਹਰ ਨਾ ਅਨ ਦਿਨ ਕੀਰਤ ਹਰ ਗੁਣ ਗਾ ਅਨ ਦਿਨ ਕੀਰਤ ਹਰ ਗੁਣ ਗਾ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਆਠ ਪਹਿਰ ਪ੍ਰਭ ਜਾਨੋ ਨੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਕਹੋ ਨਾਨਕ ਜਾ ਕੇ ਨਿਰਮਲ ਪਾ ਕਹੋ ਨਾਨਕ ਜਾ ਕੇ ਨਿਰਮਲ ਪਾ ਜਾ ਕੇ ਨਿਰਮਲ ਪਾਗ ਨਿਜ਼ਾਰੇ ਮਾਰੇ ਸਾ ਨਿਜ਼ਾਰੇ ਮਾਪਾ ਮਾਰੇ ਸਾ ਨਿਜ਼ਾਰੇ ਮਾਪਾ ਨੀ 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 ਪਾ ਮਾਪਾ ਨੀ ਨੀ ਪਾ ਮਾਪਾ ਨੀ ਸਾ ਸਾ ਨੀ ਸਾ ਸਾ ਨੀ ਸਾ ਪਾ ਨੀ ਪਾ ਸਾ ਨੀ ਪਾ ਮਾਰੇ ਨੀ ਪਾ ਨੀ ਸਾ ਕਹੁ ਨਾਨਕ ਜਾ ਕੇ ਨਿਰਮਲ ਪਾ ਕਹੁ ਨਾਨਕ ਜਾ ਕੇ ਨਿਰਮਲ ਪਾਗ ਜਾ ਕੇ ਨਿਰਮਲ ਪਾ ਰੇ ਨਾਨੀ ਰੇ ਨਾਨੀ ਦਾ ਬਾਨੀ ਬਾਰੇ ਮਾਵਾ ਨੀ ਰੇ ਰੇ ਬਾਵਾ ਰੇ ਨਾਨੀ ਦਾਨੀ ਦਾ ਬਾਨੀ ਸਾਰੇ ਮਾਵਾ ਰੇ ਨਾਨੀ ਦਾ ਬਾਬਾ 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 ਕਹੁ ਨਾਨਕ ਜਾ ਕੇ ਨਿਰਮਲ ਪਾ ਕਹੁ ਨਾਨਕ ਜਾ ਕੇ ਨਿਰਮਲ ਪਾ ਸਾਨੀ ਪਾ ਮਾਰ